ਸਤਿ ਸ਼੍ਰੀ ਅਕਾਲ एवरीवन ਸਵਾਗਤ ਹੈ ਤੁਹਾਡਾ ਪੰਜਾਬ ਐਗਜ਼ਾਮ ਰਿਜ਼ਲਟ ਗੁਰੂ ਤੇ ਆਈ ਹੋਪ ਗਾਇਸ ਸਾਰੇ ਵਧੀਆ ਹੋਗੇ ਤਿਆਰੀਆਂ ਚੱਲਦੀਆਂ ਹੋਣੀਆਂ ਹਨਾ ਜਿੰਨੇ ਵੀ ਸਾਡੇ ਗਵਰਨਮੈਂਟ ਐਗਜ਼ਾਮਸ ਨੇ ਜਿਹਨੇ ਬੱਚੇ ਸਾਡੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਪਏ ਨੇ ਰੋਜ਼ ਰੋਜ਼ ਜੁੜਦੇ ਨੇ ਸਾਡੇ ਨਾਲ ਚਲੋ ਬਹੁਤ ਵਧੀਆ ਤਿਆਰੀ ਕਰਦੇ ਪਿਓ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਗਾਇਸ ਸਾਡੇ ਸਾਇਆਂ ਦੇ ਲਈ ਉਹ ਕੀ ਹੈ ਕਿ ਜੀਵੀਟੀ ਜੀ ਹਾਂ ਗਾਇਸ ਅਗਰ ਗੱਲ ਕਰਾਂ ਜੀਵੀਟੀ ਟੀਚਰਸ ਕਿੱਥੇ ਭਈ ਸਬਸਿੱਖਿਆ ਅਭਿਆਨ ਚੰਡੀਗੜ੍ਹ ਠੀਕ ਹੈ ਇਹਨਾਂ ਦਾ ਇੱਕ ਕੀ ਹੋਇਆ ਸੀ ਰਿਟਰਨ ਐਗਜ਼ਾਮ ਹੋਇਆ ਸੀ ਤੇ ਉਹਦੀ ਕੱਟਆਫ ਜਿਹੜੀ ਹੈ ਉਹ ਪੇਸ਼ ਕੀਤੀ ਜਾ ਰਹੀ ਹੈ ਤੁਹਾਡੇ ਸਾਹਮਣੇ ਕਿਆ ਕੱਟਆਫ ਰਹੀ ਹੈ ਇਸ ਰਿਟਰਨ ਐਗਜ਼ਾਮ ਦੀ ਦੇ ਨਾਲ ਦੇ ਨਾਲ गाइस ਸਾਨੂੰ ਇੱਥੇ ਨਾ ਸਮਝਣ ਵਾਲੀ ਇੱਕ ਗੱਲ ਹੈ ਪਹਿਲੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੱਸਾਂਗੀ ਕਿਆ ਕੱਟਆਫ ਰਹੀ ਹੈ 85 ਜਿਹੜੇ ਮਾਰਕਸ ਨੇ ਜਨਰਲ ਕੈਟੇਗਰੀ ਵਾਸਤੇ ਰੱਖੇ ਗਏ ਨੇ OBC ਲਈ 76. ਠੀਕ ਹੈ 76 ਮਾਰਕਸ ਵੀ ਐਸਸੀ ਦੇ ਲਈ ਰੱਖੀ ਗਈ ਹੈ 71.25 ਮਾਰਕਸ ਤੇ ਗੱਲ ਹੋਈ ਜੇ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰੀਏ 77.50 ਸਾਫ ਸਾਫ ਤੁਸੀਂ ਦੇਖ ਵੀ ਸਕਦੇ ਹੋ ਇੱਕ ਵਾਰੀ ਹੈ ਨਾ ਮੈਂ ਜਿਹੜਾ ਜ਼ੂਮ ਕਰਨ ਦੀ ਕੋਸ਼ਿਸ਼ ਕਰਾਂਗੀ ਚਲੋ ਜ਼ੂਮ ਤਾਂ ਹਾਂਜੀ ਟ੍ਰਾਈ ਕਰਾਂਗੇ ਵੀ ਤੁਹਾਨੂੰ ਦਿਖ ਜੇ ਇੱਕ ਵਾਰੀ ਪੂਰੀ ਦੀ ਪੂਰੀ ਕਟ-ਆਫ ਹਾਂਜੀ ਤੇ ਦੇਖੋ ergonomics ਦੇ weaker section ਦੀ ਕਿੰਨੀ ਹੈ 77.50 ਰੱਖੀ ਗਈ ਹੈ ਤੇ pw ਦੀ ਗੱਲ ਕਰੀਏ esm ਦੀ ਗੱਲ ਕਰੀਏ ਤੁਹਾਨੂੰ ਸ਼ੋ ਹੁੰਦੀ ਹੋਏਗੀ ਅੱਛਾ ਇੱਕ ਹੋਰ ਗੱਲ ਹੈ ਥੋੜੀ ਜਿਹੀ ਮੈਂ ਜਾਣਕਾਰੀ ਤਾਂ ਸਾਹਮਣੇ ਚ ਰੱਖਾਂਗੀ ਕਿ ਇਹਦੀ ਗੱਲ ਕਰੀਏ ਕਿੰਨੀਆਂ ਪੋਸਟਾਂ ਸੀ jbt ਦੀਆਂ ਤੇ ਜਿਹੜੀਆਂ jbt ਦੀ ਪੋਸਟਾਂ ਆਈਆਂ ਨੇ ਸਮਝਣ ਵਾਲੀ ਹੀ ਗੱਲ ਹੀ ਕਿ ਜਿਹੜੀ ejebility ਦੀ ਪੋਸਟਾਂ ਸੀ ਉਹ ਪੂਰੀਆਂ ਦੇ ਪੂਰੀਆਂ 158 ਸੀ ਜੂਨੀਅਰ ਕੇਨੀਆਂ ਬੇਸਿਕ ਟੀਚਰਸ ਦੇ ਲਈ डब्ल्यूएसएस शिक्षा अभियान ठीक है चंडीगढ़ तो उदे भी ਸਾਡੇ ਕੋ ਜਿਹੜੀ ਪੋਸਟਾਂ ਆਈਆਂ ਸੀ 158 ਸੀ ਟੋਟਲ ਤੇ ਜਿਨ੍ਹਾਂ ਦੀ ਬਈ ਜਿਹੜੀ ਪਬਲਿਸ਼ਡ ਅਪਲੋਡਡ ਹੋਇਆ ਸੀ ਇਹ ਜਿਹੜੀ ਵੀ ਐਡਵਰਟਾਈਜ਼ਮੈਂਟ ਸੀ ਇਹਦੀ ਆਈ ਸੀ ਤੇ ਨਾ ਸਤੰਬਰ ਨੂੰ ਆਈ ਸੀ ਤੇ ਜਿਹੜੀ ਰਸੀਟ ਅਪਲੀਕੇਸ਼ਨ ਜਿਹੜੀ ਹੋਈ ਸੀ ਕਲੋਜ਼ਿੰਗ ਡੇਟ ਸੀ ਇਹਦੀ 6 ਅਕਤੂਬਰ ਤੋ ਗਾਇਸ ਸਾਨੂੰ ਇੱਥੇ ਜਿਹੜੀ ਕੱਟ-ਆਫ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਜਿੰਨੇ ਵੀ ਟੀਚਰਸ ਨੇ ਇੱਥੇ ਐਗਜ਼ਾਮ ਦਿੱਤਾ ਹੈ ਜੂਨੀਅਰ ਬੇਸਿਕ ਟੀਚਰਸ ਦੇ ਲਈ 158 ਪੋਸਟ ਸੀ ਜਨਰਲ ਕੈਟਾਗਰੀ ਦੀ ਗੱਲ ਕਰੀਏ ਤੇ 85 ਇਹ ਸਾਨੂੰ ਸਭ ਕਲੀਅਰ ਕਲੀਅਰ ਜਿਹੜਾ ਹੈ ਸ਼ੋ ਕੀਤਾ ਗਿਆ ਹੈ ਤੋ ਕਰਨਾ ਕੀ ਹੈ ਤੁਸੀਂ ਇਸ ਤੋਂ ਦੀ ਹੋਰ ਵੀ ਇਨਫੋਰਮੇਸ਼ਨ ਦੇ ਲਈ ਪੰਜਾਬ ਐਗਜ਼ਾਮ ਰਿਜ਼ਲਟ ਨੂੰ ਸਬਸਕ੍ਰਾਈਬ ਕਰੋ ਸੈਸ਼ਨ ਵਧੀਆ ਲੱਗਿਆ ਤੇ ਕਿਆ ਕਰਨਾ ਹੈ ਸੈਸ਼ਨ ਨੂੰ ਸ਼ੇਅਰ ਕਰਨਾ ਹੈ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਪੰਜਾਬ ਐਗਜ਼ਾਮ ਰਿਜ਼ਲਟ ਗੁਰੂ ਹੈ ਤਾਂ ਸਭਨੇ ਲੈ ਕੇ ਆਂਦਾ ਹੈ ਤੁਸੀਂ ਇਹ ਹੋਰ ਵੀ ਅਪਡੇਟਸ ਦੇ ਲਈ ਕਿਆ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਨਹੀਂ ਭੁੱਲਣਾ ਸੈਸ਼ਨ ਜੋ ਕਿ ਜਨਾ ਨੂੰ ਇਸ ਕੱਟ-ਆਫ ਦਾ ਬੇ ਇੰਤਜ਼ਾਰ ਸੀ ਉਹਨਾਂ ਦਾ ਇੰਤਜ਼ਾਰ ਹੁਣ ਕੀ ਹੋਇਆ ਖਤਮ ਹੋ ਗਿਆ ਹੈ ਉਹਨਾਂ ਤੱਕ ਸੈਸ਼ਨ ਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਦੀ ਹੋਰ ਵੀ ਕੋਈ ਜਾਣਕਾਰੀ ਆਏਗੀ ਜਰੂਰ ਅੱਗੇ ਸਭ ਤੋਂ ਪਹਿਲੇ ਲੈ ਕੇ ਆਪਾਂ ਆਵਾਂਗੇ ਬਾਕੀ ਵਾਇ ਦੀਆਂ ਬਹੁਤ ਪੋਸਟਾਂ ਆ ਗਈਆਂ ਨੇ ਸਾਡਾ ਪੀ ਟ੍ਰਿਪਲ ਐਸਵੀ ਬੋਰਡ ਨੇ ਕਿੰਨੀਆਂ ਹੀ ਵੈਕੈਂਸੀਆਂ ਜਾਰੀਆਂ ਕੀਤੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟਸ 'ਚ ਤੇ ਉਹਨਾਂ ਕਲਾਸਿਸ ਦੇ ਲਈ ਆਪਣੀ ਤਿਆਰੀ ਕਰਨ ਦੇ ਲਈ ਜੁੜੇ ਰਹੋ ਪੰਜਾਬ ਐਗਜ਼ਾਮ ਰਿਜ਼ਲਟ ਗੁਰੂਨਾ ਥੈਂਕ ਯੂ ਸੋ ਮੱਚ